ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੋ ਜਾਓ ਸਾਵਧਾਨ ਤੁਸੀਂ ਵੀ ਨਾ ਜਾਓ ਕਿਤੇ ਲੁੱਟੇ-ਪੁੱਟੇ ਠੱਗਾ ਨੇ ਸ਼ੁਰੂ ਕੀਤਾ ਆ ਨਵਾਂ ਕੰਮ ਤਾਂ ਆਦਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਦੇ ਇੱਕ ਡਾਕ ਘਰ ਤੋਂ ਸਾਹਮਣੇ ਜਿੱਤੇ ਬਹੁਤ ਸਾਰੇ ਗਰੀਬ ਤੇ ਦਿਹਾੜੀਦਾਰ ਲੋਕਾਂ ਵੱਲੋਂ ਡਾਕ ਘਰ ਵਿੱਚ ਬਚਤ ਕਰਨ ਵਾਸਤੇ ਬਹੁਤ ਸਾਰੇ ਖਾਤਾਧਾਰਕਾਂ ਵੱਲੋਂ ਆਪਣੇ ਪੈਸੇ ਜਮ੍ਹਾਂ ਕਰਾਏ ਜਾਂਦੇ ਨੇ ਉੱਥੇ ਡਾਕ ਘਰ ਦੇ ਵਿੱਚ ਇੱਕ ਮਹਿਲਾ ਇਜੰਟਰਜੀਤ ਕੁਰਵਲੋਂ ਕੀਤੀ ਗਈ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਐਸ ਕਾਰਡ ਨਾ ਦਾ ਖਲਾਸਾ ਉਸ ਸਮੇਂ ਹੋਇਆ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਵੱਲੋਂ ਇੰਨੇ ਲੰਬੇ ਸਮੇਂ ਤੋਂ ਜਮ੍ਹਾਂ ਕਰਵਾਏ ਜਾ ਰਹੇ ਪੈਸੇ ਡਾਕ ਘਰ ਵਿੱਚ ਜਮ੍ਹਾਂ ਨਹੀਂ ਹੋਏ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਡਾਕ ਘਰ ਦੇ ਬਾਹਰ ਦਿੱਤੀ ਇਕੱਠੇ ਹੋ ਕੇ ਰੋਜ਼ ਕੀਤਾ ਜਾ ਰਿਹਾ ਉਤੀਸ ਮਾਮਲੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਇਸ ਬਾਬਤ ਡਾਕ ਘਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੇ ਆਖਿਆ ਗਿਆ ਹੈ ਕਿ ਜਿੰਨੇ ਪੈਸੇ ਹੋਂ ਤੱਕ ਡਾਕ ਘਰ ਵਿੱਚ ਰਿਕਾਰਡ ਦੇ ਅਨੁਸਾਰ ਜਮ੍ਹਾਂ ਕੀਤੇ ਗਏ ਨੇ